चल भी चल भी। हाँ जी असी बंदे कंबाइन के मालिक असी जी है जिमीदार जीरी पढ़ते जी असं जिमीदार जीरी पढ़ते साडा ये दसो भी साडा कसूर की आ। असी सवेरे साजरे उठी दा पहला मशीना तैयार करी देने मशीना तैयार करके ग्रीस पानी करके जिदे भेजने वे भेजी दी है। हाँ कोई जिमीदार सानू यही पुछता कि भी साई भाई तुम चाह पीती रोटी खाधी रोटी खाने के नहीं रोटी आगे पुछणगे हाँ भी कदम है ठीक है जी आए तेरे मशीन भेजती। हूँ एक बंदा मशीन के मगर है वो पहला मशीना चलाओ उस तेल पानी पाओ फिर वह कोई समान टुटता ही समान भी लैन जाने अज मैं 12 बजे मशीन ला के गया बंद 3:30 बजे बंद तो मशीन का कम निबड़ गया 12 to 3:30 के बच्चे की वह रोटी देने का हक है सी कि नहीं सी असी भखारी हाँ ये दसो ਜਿਹੜਾ ਸਾਡਾ ਸਟਾਫ ਹੈ ਸਵੇਰ ਤੇ ਕੰਮ ਕਰਦਾ ਹੁੰਦਾ ਫਿਰ ਜਿਹੜੇ ਤੋਂ ਦਾਣੇ ਖੜਦੇ ਨੇ ਮਸ਼ੀਨ ਚੱਲਦੀ ਆ ਯਾਰ ਉਹ ਬੰਦੇ ਨੇ ਉਹਨਾਂ ਨੂੰ ਚਾਹ ਦੀ ਪਾਣੀ ਦੀ ਰੋਟੀ ਦੀ ਜ਼ਰੂਰਤ ਤਾਂ ਹੈ ਕਿਤੇ ਆਪਾਂ ਇੰਨਾ ਵੀ ਨਹੀਂ ਕਰ ਸਕਦੇ ਜੇ ਸਾਡੇ ਕਿਸਾਨਾਂ ਦੇ ਕੰਪਾਈਨ ਵਾਲੇ ਆਉਂਦੇ ਨੇ ਆਪਣਾ ਕੰਮ ਕਰਦੇ ਨੇ ਆਪਾਂ ਦੋ ਬੰਦਿਆਂ ਜ਼ਿਆਦਾ ਵਸੀ ਸਾਡੇ ਸਟਾਫ ਹਰੇਕ ਮਸ਼ੀਨ ਤੇ ਦੋਏ ਬੰਦੇ ਨੇ ਆਪਾਂ ਦੋ ਬੰਦਿਆਂ ਨੂੰ ਵੀ ਚਾਹ ਜਾਂ ਰੋਟੀ ਨਹੀਂ ਕਿਤੇ ਦੇ ਸਕਦੇ ਕਿੱਡੀ ਗਿਰੀ ਹੋਈ ਗੱਲ ਹੈ ਆਪਣੇ ਕਿਸਾਨ ਦੀ ਗੱਲ ਹੈ ਅਸੀਂ ਇਹ ਕਹਿੰਦੇ ਵੀ ਸਵੇਰ ਹੀ ਖੜਾ ਕੇ ਭੇਜਦੇ ਨੇ ਰਾਤ ਨੂੰ ਸਾਡੇ ਕੋਲ ਅਸੀਂ ਖੜਾ ਦਿਨ ਦੇ ਵਿੱਚ ਪ੍ਰੋਬਲਮ ਕਿਉਂ ਆਉਂਦੀ ਹੈ ਜਦੋਂ ਅਸੀਂ ਸਮਾਨ ਸਪੇਅਰ ਪਾਰਟ ਟੁੱਟ ਜਾਂਦਾ ਅਸੀਂ ਸਾਲਾ ਉਹ ਵੀ ਰਿਪੇਅਰ ਕਰਾਉਣਾ ਹੈ ਫਿਰ ਸਾਡੀ ਜਾਂ ਤੇ ਗਰਦਨ ਤੇ ਗੋਡਾ ਧਰ ਦਿੰਦੇ ਨੇ ਸਾਡੇ ਨਹੀਂ ਆਇਆ ਹੁਣ ਦੱਸੋ ਅਸੀਂ ਕੀ ਕਰੀਏ ਕੀ ਉਹਦਾ ਹੱਕ ਨਹੀਂ ਬਣਦਾ ਜਿਹਦੇ 3:30 ਵਜੇ ਮਸ਼ੀਨ ਗਈ ਆ ਉਹਦਾ ਹੱਕ ਬਣਦਾ ਕਿ ਜਿਹਦੇ 12:30 ਗਈ ਆ ਉਹਦਾ ਹੱਕ ਬਣਦਾ ਇਹਦਾ ਜਵਾਬ ਦੇ ਹੁਣ ਜਿਹਦੇ 12:30 ਗਈ ਆ ਕਿ ਉਹਨੂੰ ਪਤਾ ਨਹੀਂ ਬੰਦੇ ਸਵੇਰ ਦੇ ਕੰਮ ਚੱਲਦੇ ਨੇ ਭਾਈ ਉਹਨੂੰ ਰੋਟੀ ਦਾ ਜਿਹੇ ਜਿਹਾ ਉਹਨਾਂ ਦੇ ਘਰ ਵਾਲੀ ਨੇ ਉਹੀਆਂ ਸਾਡੀਆਂ ਨੇ ਜੇ ਉਹਨਾਂ ਦੀ ਮਹਿੰਦੀ ਲੈਂਦੇ ਤਾਂ ਮਹਿੰਦੀ ਸਾਡੀ ਵਾਲੇ ਦੇ ਵੀ ਲੱਗੀ ਹੋਈ ਆ ਠੀਕ ਆ ਤਾਂ ਕਿਰਪਾ ਕਰਕੇ ਕੱਲ ਤੋਂ ਅਸੀਂ ਉਹਦੀ ਪੜਾਈ ਕਰਨੀ ਆ ਜਿਹੜਾ ਸਾਨੂੰ 3 ਟਾਈਮ ਰੋਟੀ ਦੇਊਗਾ ਨਹੀਂ ਮਸ਼ੀਨਾਂ ਖੜਨਗੀਆਂ ਅਸੀਂ ਪੜਾਈ ਨਹੀਂ ਕਰਨੀ ਠੀਕ ਆ ਜੀ ਸਹਿਮਤ ਹੈ ਹਾਂ ਜੀ ਸਹਿਮਤ ਹੈ ਕੱਟ ਦੇ ਜੀ ਵੱਡੀ ਹੋਈ ਹੈ ਫਿਰ।